ਦੋਸਤੋ ਸਵਾਗਤ ਆ ਆਪ ਜੀ ਦਾ ਅੱਜ ਦੇ ਵੀਡੀਓ ਵਿੱਚ। ਦੋਸਤੋ ਇਸ ਵੀਡੀਓ ਵਿੱਚ ਬਠਿੰਡਾ ਅਜਮੇਰ ਐਕਸਪ੍ਰੈਸ ਵੇ ਦੇ ਮੈਪ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮੈਪ ਕਿੱਥੋਂ ਕਿੱਥੋਂ ਦੀ, ਇਹ ਮੈਪ ਦਿੱਤਾ ਗਿਆ ਸੀ, ਇਹ ਰੋਡ ਬਣੇਗਾ ਕਿ ਨਹੀਂ ਬਣੇਗਾ, ਇਹਦਾ ਕੋਈ ਹੋਰ ਨੋਟੀਫਿਕੇਸ਼ਨ ਆਇਆ ਕਿ ਨਹੀਂ ਆਇਆ, ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਇਸ ਵੀਡੀਓ ਵਿੱਚ। ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ। ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਇਹ ਵੀਡੀਓ। ਤਾਂ ਦੋਸਤੋ ਭੂਮੀ ਰਾਸੀ ਪੋਰਟਲ ਤੇ ਆ ਚੁੱਕੇ ਹਾਂ, ਵੇਖਦੇ ਹਾਂ ਬਠਿੰਡਾ ਅਜਮੇਰ ਬਾਰੇ ਕੀ ਨੋਟੀਫਿਕੇਸ਼ਨ ਨੇ ਅਤੇ ਇਹਦਾ ਮੈਪ ਵੇਖਦੇ ਹਾਂ ਜੋ ਪਹਿਲਾਂ ਮੈਪ ਦਿੱਤਾ ਗਿਆ ਸੀ ਬਠਿੰਡਾ ਅਜਮੇਰ ਦਾ। ਆਹ ਸਾਰੇ ਬਠਿੰਡੇ ਡਿਸਟ੍ਰਿਕਟ ਦੇ ਪ੍ਰੋਜੈਕਟ ਨੇ ਦੋਸਤੋ, ਰੋਡ ਦੇ ਦੇਖੋ, ਨੀਲੋਵਾਲ, ਭੈਣੀ ਬਾਘਾ, ਸੰਗਤ ਕਲਾਂ, ਬਠਿੰਡਾ ਬਾਈਪਾਸ, ਬਠਿੰਡਾ ਮਲੋਟ, ਆ ਗਿਆ ਚੌਥੇ ਨੰਬਰ 'ਤੇ ਬਠਿੰਡਾ ਅਜਮੇਰ। ਬਠਿੰਡਾ ਅਜਮੇਰ ਬਾਰੇ ਅੱਜ ਤੁਹਾਨੂੰ ਦੱਸਦੇ ਹਾਂ ਦੋਸਤੋ, ਇਹ ਰੋਡ ਕਿੱਥੋਂ ਦੀ ਬਣਨਾ ਸੀ, ਬਣੇਗਾ ਕਿ ਨਹੀਂ ਬਣੇਗਾ। ਦੇਖੋ 2018 ਦਾ ਨੋਟੀਫਿਕੇਸ਼ਨ ਆ, ਇਹ ਰਿਪੋਰਟ ਵੇਖਦੇ ਹਾਂ। ਤਾਂ ਦੋਸਤੋ ਪ੍ਰੋਜੈਕਟ ਦਾ ਵੇਰਵਾ ਆ ਚੁੱਕਿਆ, ਵੇਖ ਸਕਦੇ ਹੋ, ਬਠਿੰਡਾ ਅਜਮੇਰ ਗ੍ਰੀਨਫੀਲਡ ਐਕਸਪ੍ਰੈਸ ਵੇ। ਇੱਧਰ ਜ਼ਮੀਨ ਦਿੱਤੀ ਗਈ ਆ 6700 ਹੈਕਟੇਅਰ ਅਤੇ ਇੱਧਰ ਵੇਖ ਸਕਦੇ ਹੋ ਦੋਸਤੋ ਜ਼ਮੀਨ ਉਪਲਬਧ ਕਿੰਨੀ ਆ, ਇਹਦੇ 'ਚ ਕੁਛ ਨਹੀਂ ਦੱਸਿਆ ਗਿਆ, ਜ਼ੀਰੋ ਦੱਸਿਆ ਗਿਆ। ਹੁਣ ਤੱਕ ਅਕਵਾਇਰ ਕਿੰਨੀ ਕੀਤੀ ਗਈ ਆ ਜ਼ਮੀਨ, ਉਹ ਵੀ ਜ਼ੀਰੋ ਦੱਸਿਆ ਗਿਆ। ਅਤੇ ਨੋਟੀਫਿਕੇਸ਼ਨ ਤੁਹਾਨੂੰ ਦਿਖਾਉਣੇ ਆ, ਵੇਖ ਸਕਦੇ ਹੋ ਇੱਕੋ ਨੋਟੀਫਿਕੇਸ਼ਨ ਆ 24/8/2018 ਦਾ, ਇਸ ਤੋਂ ਬਾਅਦ ਕੋਈ ਨੋਟੀਫਿਕੇਸ਼ਨ ਨਹੀਂ ਇਹਦਾ ਦਿੱਤਾ ਗਿਆ, ਇਸ ਤੋਂ ਅੱਗੇ ਨਾ 3A ਨਾ 3D ਕੋਈ ਨੋਟੀਫਿਕੇਸ਼ਨ ਨਹੀਂ ਹੋ ਰਿਹਾ ਇਹਦਾ ਆਇਆ, ਇਹ ਇੱਕੋ ਨੋਟੀਫਿਕੇਸ਼ਨ ਆਇਆ। ਇਹ ਤੁਹਾਨੂੰ ਪਿੰਡ ਵੀ ਦੱਸਦੇ ਹਾਂ ਕਿਹੜੇ ਪਿੰਡ ਨੇ, ਉਸ ਤੋਂ ਬਾਅਦ ਤੁਹਾਨੂੰ ਮੈਪ ਦਿਖਾਵਾਂਗੇ, ਵੇਰਵਾ ਵੇਖਦੇ ਹਾਂ। ਤਾਂ ਦੋਸਤੋ ਪਿੰਡਾਂ ਦਾ ਵੇਰਵਾ ਆ ਚੁੱਕਿਆ, ਵੇਖ ਸਕਦੇ ਹਾਂ 24/8/2018 ਦਾ ਨੋਟੀਫਿਕੇਸ਼ਨ ਆ, ਆ ਇਹਦਾ ਫਾਈਲ ਨੰਬਰ ਆ, ਆਹ ਸਾਰੇ ਪਿੰਡ ਦਿੱਤੇ ਗਏ ਨੇ ਦੋਸਤੋ, ਇਹ ਰਾਜਸਥਾਨ ਦੇ ਪਿੰਡ ਦਿੱਤੇ ਗਏ ਨੇ, ਆਹ ਕਿਸ਼ਨਗੜ੍ਹ ਦੇ ਪਿੰਡ ਆ ਗਏ, ਅੱਗੇ ਤੁਹਾਨੂੰ ਦਿਖਾਉਣਾ ਆਹ ਪਸਾਂਗਣ ਦੇ ਪਿੰਡ ਆ ਗਏ, ਇਸ ਤੋਂ ਅੱਗੇ ਆਹ ਪੁਸ਼ਕਰ ਦੇ ਪਿੰਡ ਆ ਗਏ, ਇਹ ਸਾਰੇ ਰਾਜਸਥਾਨ ਦੇ ਪਿੰਡ ਨੇ ਦੋਸਤੋ, ਨਾ ਕੋਈ ਹਰਿਆਣੇ ਦਾ ਪਿੰਡ ਆ ਅਤੇ ਨਾ ਕੋਈ ਪੰਜਾਬ ਦਾ ਪਿੰਡ ਆ ਇਹਦੇ 'ਚ। ਕਈ ਵੀਰਾਂ ਦੇ ਕਮੈਂਟ ਆਏ ਸੀ ਬਾਈ ਬਠਿੰਡਾ ਅਜਮੇਰ ਬਾਰੇ ਦੱਸੋ ਕੁਛ, ਬਠਿੰਡਾ ਅਜਮੇਰ ਬਾਰੇ ਇਹ ਨੋਟੀਫਿਕੇਸ਼ਨ ਮਿਲਿਆ ਦੋਸਤੋ, ਇਸ ਤੋਂ ਬਾਅਦ ਆਪਾਂ ਨੂੰ ਨਾ ਕੋਈ ਹੋਰ ਮੈਪ ਮਿਲਿਆ ਅਤੇ ਨਾ ਹੀ ਕੋਈ ਹੋਰ ਨੋਟੀਫਿਕੇਸ਼ਨ ਮਿਲਿਆ। ਦੇਖੋ ਆਹ ਮਕਰਾਣੇ ਦੇ ਪਿੰਡ ਆ ਗਏ, ਇਹ ਸਾਰੇ ਰਾਜਸਥਾਨ ਦੇ ਪਿੰਡ ਨੇ ਦੋਸਤੋ, ਕੁਚਾਮਣ ਸਿਟੀ, ਇਹ ਧੌਂਦ ਤੱਕ ਪਿੰਡ ਦਿੱਤੇ ਗਏ ਨੇ, ਤੁਹਾਨੂੰ ਅੱਗੇ ਦਿਖਾਉਣੇ, ਤੁਹਾਨੂੰ ਮੈਪ ਵੀ ਦਿਖਾਵਾਂਗੇ ਜਿਹੜਾ ਇਹ ਮੈਪ ਪਹਿਲਾਂ ਦਿੱਤਾ ਗਿਆ ਸੀਗਾ, ਵੀ ਉਹ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਦਿੱਤਾ ਗਿਆ ਸੀ ਮੈਪ, ਇਹ ਉਹ ਦੱਸਣ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਵੀਡੀਓ ਵਿੱਚ। ਦੇਖੋ ਆ ਸੁਜਾਨਗੜ੍ਹ ਦੇ ਪਿੰਡ ਆ ਗਏ, ਇਹ ਸਾਰੇ ਰਾਜਸਥਾਨ ਦੇ ਪਿੰਡ ਨੇ ਦੋਸਤੋ, ਰਤਨਗੜ੍ਹ, ਚੂਰੂ, ਤਾਰਾਨਗਰ, ਸਰਦਾਰ ਸਾਹਿਬ, ਧੌਂਦ, ਆਹ ਧੌਂਦ ਤੱਕ ਇਹ ਸਾਰੇ ਪਿੰਡ ਦਿੱਤੇ ਗਏ ਨੇ ਦੋਸਤੋ। ਹੁਣ ਤੁਹਾਨੂੰ ਮੈਪ ਦਿਖਾਉਣੇ ਆ ਜੋ ਇਹਦਾ ਮੈਪ ਦਿੱਤਾ ਗਿਆ ਸੀ 2018 ਵਿੱਚ, ਇਹਦੇ 'ਤੇ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਜੋ ਬਠਿੰਡੇ ਦੇ ਅਤੇ ਗੋਨਿਆਣੇ ਦੇ ਉੱਪਰ ਦੀ ਹੋ ਕੇ ਵੀਡੀਓ ਆਪਾਂ ਪਾਈ ਸੀ, ਉਹ ਮੈਪ ਆ ਇਹ, ਵੇਖ ਸਕਦੇ ਹੋ ਦੋਸਤੋ ਇਹਦੇ ਵਿੱਚ ਹੋਰ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਗਿਆ, ਕੋਈ ਜ਼ਮੀਨ ਦਾ ਵੇਰਵਾ ਨਹੀਂ ਦਿੱਤਾ ਗਿਆ ਵੀ ਕੀ ਇਹਦੇ 'ਚ ਜ਼ਮੀਨ ਅਕਵਾਇਰ ਹੋਈ ਆ, ਕਿੰਨੀ ਉਪਲਬਧ ਆ, ਕੀ ਗੱਲ ਆ, ਕੀ ਬਾਤ ਆ, ਕੁਛ ਨਹੀਂ ਦੱਸਿਆ ਇਹਦੇ ਵਿੱਚ। ਅਤੇ ਆਹ ਬਸ ਇੱਕੋ ਹੀ ਨੋਟੀਫਿਕੇਸ਼ਨ ਆ, ਆ ਜੇ ਤਾਂ ਕਹਿ ਨਹੀਂ ਸਕਦੇ, ਪਰ ਫਿਲਹਾਲ ਇਹ ਇੱਕੋ ਹੀ ਨੋਟੀਫਿਕੇਸ਼ਨ ਆ, ਹਾਲੇ ਤੱਕ ਮੈਪ ਦਿਖਾਉਣੇ ਆ ਤੁਹਾਨੂੰ ਜੋ ਮੈਪ ਦਿੱਤਾ ਗਿਆ ਸੀ, ਵੇਖ ਸਕਦੇ ਹੋ ਦੋਸਤੋ ਮੈਪ ਆ ਚੁੱਕਿਆ ਬਠਿੰਡਾ ਅਜਮੇਰ ਦਾ, ਇਹ ਉਹ ਮੈਪ ਆ ਦੋਸਤੋ 2018 ਵਿੱਚ ਜੋ ਮੈਪ ਦਿੱਤਾ ਗਿਆ ਸੀਗਾ, ਇਸ 'ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀ ਜੋ ਬਠਿੰਡਾ ਦੇ ਉੱਪਰ ਦੀ ਹੋ ਕੇ ਗੋਨਿਆਣੇ ਦੇ ਉੱਪਰ ਦੀ ਹੋ ਕੇ ਜੋ ਮੈਪ ਦਿੱਤਾ ਗਿਆ ਉਹ ਇਹ ਮੈਪ ਆ ਦੋਸਤੋ, ਵੇਖ ਸਕਦੇ ਹੋ ਇੱਧਰ ਬਠਿੰਡਾ ਆ ਗਿਆ ਅਤੇ ਇੱਧਰ ਜੈਤੋ, ਗੋਨਿਆਣਾ, ਚੰਦਭਾਨ ਇਹ ਆ ਗਿਆ, ਅਤੇ ਇੱਥੇ ਜੇ ਜੋ ਪਿੰਡ ਰਹਿ ਜਾਂਦੇ ਨੇ ਜੀਦਾ, ਹਰਾਏਪੁਰ,
ਆ ਚੰਦਭਾਨ ਆ ਗਿਆ, ਇਸ ਤੋਂ ਅੱਗੇ ਆ ਜਾਣਾ ਅਕਲੀਆ ਕਲਾਂ, ਇੱਧਰ ਉੱਪਰ ਆ ਜਾਣਾ ਬਰਕੰਦੀ, ਬਰਕੰਦੀ ਤੋਂ ਇੱਧਰ ਗੰਗਾ ਦਾਨ ਸਿੰਘ ਵਾਲਾ ਅਬਲੂ ਇਹ ਪਿੰਡ ਆ ਜਾਣੇ ਆ, ਉਸ ਤੋਂ ਅੱਗੇ ਇੱਥੇ ਮਹਿਮੇ ਆ ਜਾਣੇ ਆ ਤਿੰਨੇ ਚਾਰੇ, ਬਲਾੜ ਮਹਿਮਾ, ਮਹਿਮਾ ਭਗਵਾਨਾ, ਮਹਿਮਾ ਸਰਜਾ, ਬੁਰਜ ਮਹਿਮਾ, ਕਿਲੀ ਨਿਹਾਲ ਸਿੰਘ ਵਾਲਾ ਅਤੇ ਬੱਲੂਆਣਾ, ਇੱਥੇ ਬੱਲੂਆਣਾ, ਬੱਲੂਆਣੇ ਤੋਂ ਅੱਗੇ ਆ ਜਾਂਦਾ ਗਾ ਚੁੱਗੇ ਕਲਾਂ, ਝੁੰਬਾ, ਘੁੱਦਾ, ਘੁੱਦਾ ਬਾਜਕ, ਨੰਦਗੜ੍ਹ, ਮਹਾਲਾਂ, ਬਾਂਡੀ, ਕਿਸ਼ਨਪੁਰਾ, ਸ਼ੱਕਰ ਉਲਦੂ ਸਿੰਘ ਵਾਲਾ, ਪਥਰਾਲਾ, ਜੋਗੇ ਵਾਲਾ, ਅੱਗੇ ਇਹ ਹਰਿਆਣੇ 'ਚ ਐਂਟਰ ਹੋ ਜਾਂਦਾ ਗਾ। ਇੱਥੋਂ ਤੁਹਾਨੂੰ ਉੱਧਰੋਂ ਮੈਪ 'ਤੇ ਵੀ ਦਿਖਾਉਂਦੇ ਹਾਂ ਗੂਗਲ ਅਰਥ 'ਤੇ ਚੱਲ ਕੇ ਵੀ ਕਿਹੜੇ ਕਿਹੜੇ ਪਿੰਡਾਂ ਵਿੱਚ ਦੀ ਇਹ ਮੈਪ ਆ ਜੋ ਉਹ ਦਿੱਤਾ ਗਿਆ। ਦੇਖੋ ਇਹ ਮੈਪ ਸੀਗਾ ਦੋਸਤੋ, ਇਹ ਮੈਪ ਆ ਜੋ 2018 ਵਿੱਚ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਿਊਜ਼ ਵੀ ਨਿਕਲ ਕੇ ਆਈਆਂ ਸੀ ਵੀ ਇਹਦਾ ਰੂਟ ਚੇਂਜ ਹੋ ਗਿਆ, ਪਰ ਉਸ ਰੂਟ ਦੇ ਉੱਤੇ ਕੋਈ ਹੋਰ ਮੈਪ ਨਹੀਂ ਮਿਲਿਆ ਅਤੇ ਨਾ ਹੀ ਕੋਈ ਨੋਟੀਫਿਕੇਸ਼ਨ ਮਿਲਿਆ। ਦੋਸਤੋ ਦੇਖ ਸਕਦੇ ਹੋ ਇਹ ਮੈਪ ਸੀ ਜੋ ਬਠਿੰਡਾ ਅਜਮੇਰ ਦਾ, ਅਤੇ ਇਹਦਾ ਹੁਣ ਇਹ ਪੱਕਾ ਨਹੀਂ ਕਹਿ ਸਕਦੇ ਦੋਸਤੋ ਵੀ ਇਹ ਰੋਡ ਬਣੇਗਾ ਨਹੀਂ ਬਣੇਗਾ, ਇਹਦਾ ਹਲੇ ਕੋਈ ਪਤਾ ਨਹੀਂ, ਕਿਉਂਕਿ ਹੋਰ ਨੋਟੀਫਿਕੇਸ਼ਨ ਆ ਵੀ ਸਕਦੇ ਆ ਅਤੇ ਨਹੀਂ ਵੀ ਆ ਸਕਦੇ, ਇਹਦਾ ਕੋਈ ਪੱਕਾ ਨਹੀਂ ਕਹਿ ਸਕਦੇ। ਆ ਤੁਹਾਨੂੰ ਉੱਧਰੋਂ ਗੂਗਲ ਅਰਥ 'ਤੇ ਚੱਲ ਕੇ ਦਿਖਾਉਂਦੇ ਹਾਂ ਵੀ ਇੱਥੇ ਕਿਹੜੇ ਕਿਹੜੇ ਪਿੰਡ ਆ, ਆਪਾਂ ਆਪਦੇ ਤਰਫੋਂ ਉਹ ਮੈਪ ਤਿਆਰ ਕਰਿਆ ਗਾ ਇਸ ਮੈਪ ਨੂੰ ਵੇਖ ਵੇਖ ਕੇ। ਦੇਖੋ ਆਹਾ ਦੋਸਤੋ ਜੋ ਇਹ ਲਾਈਨ ਆ ਆ ਸਾਈਡ 'ਤੇ ਜਾ ਰਹੀ, ਇੱਧਰ ਬਦਮੀ ਲਾਈਨ ਆ ਗਈ, ਇਹ ਸ੍ਰੀ ਮੁਕਤਸਰ ਸਾਹਿਬ ਦੀ ਅਤੇ ਬਠਿੰਡਾ ਡਿਸਟ੍ਰਿਕਟ ਦੀ ਹੱਦ ਆ ਗਈ, ਇਹਦੇ ਨੇੜੇ ਨੇੜੇ ਦੀ ਦੋਸਤੋ ਐਂ ਜਾ ਕੇ ਇਹ ਬਰਕੰਦੇ ਦੇ ਉੱਪਰ ਦੀ ਹੋ ਕੇ ਇੱਥੇ ਚੰਦਭਾਨ ਦੇ ਥੱਲੇ ਦੀ ਹੋ ਕੇ ਇੱਥੇ ਆ ਜਾਣਾ, ਇੱਥੇ ਪਿੰਡ ਆ ਜਾਂਦਾ ਹਰਰਾਏਪੁਰ ਅਤੇ ਜੀਦਾ, ਇਹ ਤੁਹਾਨੂੰ ਮੈਂ ਦਿਖਾਉਣਾ ਦੋਸਤੋ। ਤਾਂ ਦੋਸਤੋ ਗੂਗਲ ਅਰਥ 'ਤੇ ਪਹੁੰਚ ਚੁੱਕੇ ਹਾਂ। ਦੇਖੋ ਇਸ ਪ੍ਰਕਾਰ ਨਾਲ ਜੋ ਇਹ ਮੈਪ ਦਿੱਤਾ ਗਿਆ ਸੀ, ਥੋੜ੍ਹਾ ਬਹੁਤਾ ਦੋਸਤੋ ਇਹ ਇੱਧਰ ਉੱਧਰ ਦੀ ਵੀ ਹੋ ਸਕਦਾ, ਵਿੱਚ ਵੀਰ ਕਮੈਂਟ ਕਰਨਗੇ ਵੀ ਨਹੀਂ ਜੀ ਇਹ ਇੱਧਰ ਦੀ ਸੀ, ਨਹੀਂ ਜੀ ਉੱਧਰ ਦੀ ਸੀ, ਇਹ ਆਪਾਂ ਆਪਦੇ ਤਰਫੋਂ ਅੰਦਾਜ਼ੇ ਜੇ ਦੇ ਹਿਸਾਬ ਨਾਲ ਇਹ ਜੋ ਲਾਈਨ ਆ ਉਹ ਲਾਈ ਆ ਵੀ ਇਹਨਾਂ ਇਹਨਾਂ ਪਿੰਡਾਂ ਵਿੱਚ ਦੀ ਇਹ ਜੋ ਲਾਈਨ ਆ ਉਹ ਦਿੱਤੀ ਗਈ ਸੀਗੀ। ਦੇਖੋ ਇੱਧਰ ਪਿੰਡ ਆ ਜਾਂਦਾ ਗਾ ਆਹ ਗੋਨਿਆਣਾ ਆ ਗਿਆ, ਗੋਨਿਆਣੇ ਤੋਂ ਆਹ ਜੈਤੋ ਰੋਡ ਆ ਗਿਆ, ਆਹ ਹਰਾਏਪੁਰ ਪਿੰਡ ਆ ਗਿਆ, ਅਤੇ ਇੱਧਰ ਜੀਦਾ ਆ ਗਿਆ, ਆ ਗਿਆ ਚੰਦਭਾਨ, ਇੱਧਰ ਉੱਪਰ ਬਰਕੰਦੀ, ਗੰਗਾ, ਆਹ ਦਾਨ ਸਿੰਘ ਵਾਲਾ, ਇੱਧਰ ਆ ਗਿਆ ਅਬਲੂ। ਤੁਹਾਨੂੰ ਮੈਂ ਹੱਦ ਵੀ ਦਿਖਾਉਣਾ ਗਾ ਜੋ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਆ। ਦੇਖੋ ਦੋਸਤੋ ਆਹ ਹੱਦ ਆ ਚੁੱਕੀ ਆ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਦੀ। ਦੇਖੋ ਆਹ ਉਹ ਬਦਮਾ ਪਾਟ ਆ ਗਿਆ, ਇਹਦੇ ਨੇੜੇ ਨੇੜੇ ਦੀ ਆ ਕੇ ਇੱਥੇ ਪਿੰਡ ਰਹਿੰਦਾ ਅਬਲੂ, ਦਾਨ ਸਿੰਘ ਵਾਲਾ, ਆ ਉੱਪਰ ਬਰਕੰਦੀ ਰਹਿ ਗਿਆ। ਦੇਖੋ ਆਹ ਹੱਦ ਦੇ ਨਾਲ ਨਾਲ ਦੀ ਆ ਕੇ ਇੱਥੇ ਇਹ ਚੰਦਭਾਨ ਦੇ ਥੱਲੇ ਦੀ ਹੋ ਕੇ ਇੱਥੇ ਦੋਸਤੋ ਆਹ ਰਾਏਪੁਰ ਦੇ ਅਤੇ ਜੀਦੇ ਦੇ ਵਿਚਾਲੇ ਇਹ ਰੋਡ ਆ ਜੋ ਇਹ ਇੱਥੋਂ ਤੱਕ ਇਹ ਰੋਡ ਦਾ ਮੈਪ ਦਿੱਤਾ ਗਿਆ। ਅੱਗੇ ਤੁਹਾਨੂੰ ਦਿਖਾਉਂਦੇ ਹਾਂ ਆ ਦੇਖੋ ਇੱਧਰ ਆ ਬਾਕੀ ਪਿੰਡ ਆ ਜਾਂਦੇ ਆ ਦੋਸਤੋ, ਜਿਵੇਂ ਆਹ ਦਾਨ ਸਿੰਘ ਵਾਲਾ ਆ ਗਿਆ, ਮਹਿਮਾ ਆ ਗਿਆ, ਬਲਾੜ ਮਹਿਮਾ, ਮਹਿਮਾ ਸਰਜਾ, ਭਗਵਾਨਾ ਮਹਿਮਾ, ਇੱਧਰ ਕਿਲੀ ਆ ਗਿਆ, ਇਹ ਪਿੰਡ ਆ ਗਏ ਦੋਸਤੋ। ਇਹ ਦੋਸਤੋ ਪਿੰਡ ਦੇ ਇੱਧਰ ਉੱਧਰ ਦੀ ਵੀ ਹੋ ਸਕਦਾ, ਇਹ ਤਾਂ ਆਪਾਂ ਇੱਕ ਅੰਦਾਜ਼ੇ ਜੇ ਨਾਲ ਲਾਈ ਆ ਲਾਈਨ। ਦੇਖੋ ਆਹ ਲਾਈਨ ਆ ਜੋ ਇਹ ਰੋਡ ਆ 754, ਇਹ ਸ੍ਰੀ ਮੁਕਤਸਰ ਸਾਹਿਬ ਚਲਿਆ ਗਿਆ, ਅਤੇ ਆਹ ਰੋਡ ਆ ਜੋ ਇਹ ਮਲੋਟ ਚਲਿਆ ਗਿਆ। ਇਹ ਮਲੋਟ ਰੋਡ ਨੂੰ ਇੱਥੋਂ ਬੱਲੂਆਣੇ ਦੇ ਆਸੇ ਪਾਸੇ ਤੋਂ ਇਹ ਦੋਸਤੋ ਇਹ ਪਾਰ ਕਰਦਾ। ਅੱਗੇ ਪਿੰਡ ਆ ਜਾਂਦਾ ਚੁੱਗੇ ਕਲਾਂ, ਚੁੱਗੇ ਕਲਾਂ ਤੋਂ ਅੱਗੇ ਝੁੰਬਾ, ਝੁੰਬੇ ਤੋਂ ਅੱਗੇ ਘੁੱਦਾ, ਨੰਦਗੜ੍ਹ, ਆ ਧੁੰਨੀ ਕੇ, ਮਹਾਲਾਂ, ਬਾਂਡੀ, ਅੱਗੇ ਇਹ ਚੱਕ ਰੋਲਦੂ ਸਿੰਘ ਵਾਲਾ ਅਤੇ ਪਥਰਾਲੇ ਦਾ ਸੰਨ ਆ ਗਿਆ, ਅੱਗੇ ਆਹ ਜੋਗੇਵਾਲ ਕੋਲ ਹੱਦ ਆ ਗਈ ਪੰਜਾਬ ਦੀ,
ਇੱਥੋਂ ਜੋਗੇਵਾਲ ਦਿਓ ਨੇੜੇ ਤੇੜਿਓਂ ਇਹ ਐਂਟਰ ਹੁੰਦਾ ਹੈਗਾ ਹਰਿਆਣੇ 'ਚ। ਅਤੇ ਇੱਥੋਂ ਤੁਹਾਨੂੰ ਮੈਂ ਦੱਸਦਾ ਦੋਸਤੋ, ਆਹ ਇੱਧਰ ਪਿੰਡ ਆ ਗਿਆ ਦੇਸੂ ਯੋਧਾ, ਅਤੇ ਆਹ ਦੋਸਤੋ ਆ ਗਈ ਨਹਿਰ ਜੋ ਦੇਸੂ ਯੋਧੇ ਕੋਲ ਦੀ ਟੱਪਦੀ ਆ ਨਹਿਰ। ਆ ਦੇਖੋ ਇਹ ਨਹਿਰ ਨੂੰ ਦੋਸਤੋ ਇੱਥੋਂ ਪਾਰ ਕਰਦਾ ਇਹ, ਜਿੱਥੋਂ ਆਹ ਮਾਂਗਿਆਣੇ ਵਾਲੀ ਸੜਕ ਕਰੋਸ ਹੁੰਦੀ ਆ। ਦੇਖੋ ਇੱਥੋਂ ਐਂ ਕੱਟ ਮਾਰਦਾ ਇਹ, ਉੱਧਰੋਂ ਤੁਹਾਨੂੰ ਮੈਂ ਦਿਖਾਉਣਾ ਗਾ, ਇੱਧਰ ਪੂਰਾ ਸਾਫ਼ ਨਹੀਂ ਦਿਖਾਈ ਦਿੰਦਾ। ਆਹ ਡੱਬਾ ਵਾਲੀ ਆ ਗਈ, ਅਤੇ ਆਹ ਪਿੰਡ ਆ ਗਿਆ ਦੇਸੂ ਯੋਧਾ, ਅਤੇ ਆਹ ਇੱਧਰ ਰਹਿ ਗਿਆ ਮਾਂਗਿਆਣਾ। ਆਹ ਮਾਂਗਿਆਣੇ ਤੋਂ ਸੜਕ ਗਈ ਡੱਬਾ ਵਾਲੀ ਨੂੰ, ਆਹ ਨਹਿਰ ਚਲੀ ਗਈ ਦੇਸੂ ਯੋਧੇ ਵਾਲੀ। ਆਹ ਦੇਖੋ ਇੱਥੋਂ ਐਂ ਕੱਟ ਮਾਰਦਾ ਇਹ ਰੋਡ, ਕੱਟ ਮਾਰ ਕੇ ਅੱਗੇ ਤੁਹਾਨੂੰ ਮੈਂ ਦਿਖਾਉਣਾ ਕਿਹੜਾ ਪਿੰਡ ਆਉਂਦਾ ਇੱਧਰ। ਦੇਖੋ ਇੱਥੋਂ ਆਹ ਨਹਿਰ ਨੂੰ ਕੱਟ ਮਾਰ ਗਿਆ, ਕੱਟ ਮਾਰ ਕੇ ਅੱਗੇ ਦੀਵਾਨ ਖੇੜਾ ਪਿੰਡ ਆ ਗਿਆ। ਆਹ ਆ ਗਿਆ ਖੂਹੀਆਂ ਮਲਕਾਣਾ, ਖੂਹੀਆਂ ਮਲਕਾਣੇ ਤੋਂ ਆਹ ਦੇਖੋ ਆਹ ਵੀ ਨਹਿਰ ਆ ਗਈ ਜੋ ਪੰਨੀ ਵਾਲਾ ਵਾਲੀ ਨਹਿਰ ਆ ਮੇਰੇ ਖਿਆਲ ਨਾਲ, ਇਹ ਨਹਿਰ ਨੂੰ ਇੱਥੋਂ ਪਾਰ ਕਰਦਾ ਦੋਸਤੋ, ਆ ਖੂਹੀਆਂ ਮਲਕਾਣੇ ਦੇ ਨੇੜਿਓਂ ਇਹ ਇੱਥੋਂ। ਉਦੋਂ ਅੱਗੇ ਇਹ ਆ ਜਾਂਦਾ ਆਹ ਜੰਡ ਵਾਲਾ ਜਟਾਣਾ। ਆਹ ਦੇਖੋ ਜੰਡ ਵਾਲਾ ਜਟਾਣਾ ਦੇ ਥੋੜ੍ਹਾ ਜਿਹਾ ਸਾਈਡ ਤੋਂ ਦੀ ਨਿਕਲ ਜਾਂਦਾ, ਉੱਧਰ ਤੁਹਾਨੂੰ ਮੈਂ ਦਿਖਾਉਣਾ ਜੰਡ ਵਾਲਾ ਜਟਾਣਾ। ਆਹ ਦੇਖੋ ਦੋਸਤੋ ਆਹ ਰਹੇ ਆ ਪਿੰਡ ਜੰਡ ਵਾਲਾ ਜਟਾਣਾ, ਥੋੜ੍ਹਾ ਜੰਡ ਵਾਲਾ ਜਟਾਣਾ ਰਹਿ ਗਿਆ। ਜੰਡ ਵਾਲੇ ਜਟਾਣੇ ਤੋਂ ਅੱਗੇ ਆ ਗਿਆ ਬਣ ਵਾਲਾ, ਆਹ ਬਣ ਵਾਲਾ ਰਹਿ ਗਿਆ, ਤੁਹਾਨੂੰ ਮੈਂ ਬਣ ਵਾਲਾ ਵੀ ਦਿਖਾਉਣਾ। ਦੇਖੋ ਜੰਡ ਵਾਲਾ ਜਟਾਣਾ, ਜੰਡ ਵਾਲੇ ਜਟਾਣੇ ਤੋਂ ਅੱਗੇ ਆ ਰਹਿ ਗਿਆ ਬਣ ਵਾਲਾ, ਆਹ ਬਣ ਵਾਲੇ ਦੇ ਬਿਲਕੁਲ ਨੇੜੇ ਦੀ ਜਾ ਕੇ ਆਹ ਬੂਨਾ, ਇੱਧਰ ਰਹਿ ਗਿਆ ਘੋਰ ਵਾਲੀ, ਬੂਨਾ ਅਤੇ ਘੋਰ ਵਾਲੀ ਦੇ ਵਿਚਾਲ ਦੀ ਨਿਕਲ ਜਾਂਦਾ ਇਹ, ਤੁਹਾਨੂੰ ਮੈਂ ਬੂਨਾ ਅਤੇ ਘੋਰ ਵਾਲੀ ਵੀ ਦਿਖਾਉਣਾ ਉੱਧਰ। ਆਹ ਵੇਖ ਸਕਦੇ ਹਾਂ ਦੋਸਤੋ ਆ ਰਹਿ ਗਿਆ ਬੂਨਾ, ਆ ਰਹਿ ਗਿਆ ਘੋਰ ਵਾਲੀ, ਦੇਖੋ ਇਹਨਾਂ ਦੇ ਵਿਚਾਲ ਦੀ ਨਿਕਲ ਆਉਂਦਾ ਇਹ। ਉਦੋਂ ਅੱਗੇ ਆ ਜਾਂਦਾ ਰਾਣੀਆਂ, ਆ ਗਿਆ ਰਾਣੀਆਂ, ਦੇਖੋ ਰਾਣੀਆਂ ਦੇ ਇੱਧਰ ਸਾਈਡ ਤੋਂ ਦੀ ਬਰਾਬਰ ਬਰਾਬਰ ਤੋਂ ਨਿਕਲ ਜਾਂਦਾ ਇਹ, ਬਰਾਬਰ ਤੋਂ ਨਿਕਲ ਕੇ ਅੱਗੇ ਆ ਜਾਂਦਾ ਫਿਰੋਜ਼ਾਬਾਦ, ਫਿਰੋਜ਼ਾਬਾਦ ਤੋਂ ਵੀ ਸਾਈਡ ਤੋਂ ਦੀ ਨਿਕਲ ਜਾਂਦਾ। ਆ ਇੱਧਰ ਰਹਿ ਗਿਆ ਇਲਨਾਬਾਦ, ਦੇਖੋ ਤੁਹਾਨੂੰ ਵਾਰ ਆ ਰਾਣੀਆਂ ਦਿਖਾਉਣਾ, ਅੱਗੇ ਤੁਹਾਨੂੰ ਦਿਖਾਉਣਾ ਆ ਆ ਗਿਆ ਰਾਣੀਆਂ। ਦੇਖੋ ਰਾਣੀਆਂ ਤੋਂ ਸਾਈਡ ਤੋਂ ਦੀ ਨਿਕਲ ਕੇ ਅੱਗੇ ਆ ਦੇਖੋ ਇੱਥੋਂ ਇਹ ਐਂਟਰ ਹੋ ਜਾਂਦਾ ਰਾਜਸਥਾਨ 'ਚ। ਦੇਖੋ ਇੱਥੋਂ ਆ ਚੱਕ ਆ ਗਏ, ਆ ਇੱਧਰ ਰਹਿ ਗਿਆ ਇਲਨਾਬਾਦ। ਇਸ ਤੋਂ ਅੱਗੇ ਦੋਸਤੋ ਰਾਜਸਥਾਨ 'ਚ ਐਂਟਰ ਹੋ ਕੇ ਅੱਗੇ ਆ ਜਾਂਦਾ ਜਸਿਆਣਾ, ਆ ਜਸਿਆਣਾ ਆ ਗਿਆ। ਇੱਧਰ ਆ ਗਿਆ ਨੌਰ, ਨੌਰ ਦੇ ਬਿਲਕੁਲ ਅੱਗੋਂ ਦੀ ਹੋ ਕੇ ਇਹ ਇਸ 703 ਨੂੰ ਪਾਰ ਕਰਦਾ ਬਰਾਬਰ ਤੋਂ। ਦੇਖ ਸਕਦੇ ਹੋ ਦੋਸਤੋ ਇੱਥੋਂ ਇਹ ਆਹ ਰਾਜਸਥਾਨ 'ਚ ਐਂਟਰ ਹੋ ਗਿਆ, ਆਹ ਆ ਗਿਆ ਜਸਿਆਣਾ, ਜਸਿਆਣੇ ਦੇ ਸਾਈਡ ਤੋਂ ਦੀ ਨਿਕਲ ਕੇ ਆਹ ਨੌਰ ਦੇ ਬਿਲਕੁਲ ਅੱਗੇ ਦੀ ਆ ਜਾਂਦਾ ਇਹ। ਦੇਖੋ ਨੌਰ ਦੇ ਅੱਗੇ ਦੀ ਨਿਕਲ ਕੇ ਆਹ ਅਰਕੀ ਆ ਗਿਆ, ਅਰਕੀ ਦੇ ਬਰਾਬਰ ਤੋਂ ਇਹ ਇਸ ਨੂੰ ਪਾਰ ਕਰਦਾ ਜੋ ਨੌਰ ਤੋਂ ਸਹਾਵਾ ਰੋਡ ਆ। ਦੇਖੋ ਆਹ ਸਹਾਵਾ ਆ ਗਿਆ, ਆ ਗਿਆ ਨੌਰ, ਇਹ ਰੋਡ ਨੂੰ ਇੱਥੋਂ ਅਰਕੀ ਦੇ ਬਰਾਬਰ ਤੋਂ ਪਾਰ ਕਰਦਾ ਇਹ ਦੋਸਤੋ, ਇਹ ਤੁਹਾਨੂੰ ਮੈਂ ਦਿਖਾਉਣਾ। ਵੇਖ ਸਕਦੇ ਹਾਂ ਦੋਸਤੋ ਆਹ ਨੌਰ ਆ ਗਿਆ ਅਤੇ ਇੱਧਰ ਆ ਗਿਆ ਸਹਾਵਾ। ਦੇਖੋ ਆਹ ਸਹਾਵਾ ਇਹ ਇੱਥੋਂ ਪਾਰ ਕਰਦਾ ਬਰਾਬਰ ਤੋਂ, ਇੱਥੋਂ ਬਰਾਬਰ ਤੋਂ ਪਾਰ ਕਰਕੇ ਦੋਸਤੋ ਅੱਗੇ ਆ ਜਾਂਦਾ ਕੁਹਾਣਾ, ਕੁਹਾਣਾ ਭੁਲੇਰੀ। ਦੇਖੋ ਭੁਲੇਰੀ ਨੂੰ ਇਹ ਸਰਦਾਰ ਸਾਹਿਬ ਤੋਂ ਤਾਰਾ ਨਗਰ ਵਾਲੇ ਰੋਡ ਨੂੰ ਪਾਰ ਕਰਦਾ ਭੁਲੇਰੀ ਤੋਂ, ਇਹ ਭੁਲੇਰੀ ਆ ਦੇਖੋ ਆਹ ਚੂਰੂ ਆ ਗਿਆ, ਚੂਰੂ ਤੋਂ ਜਿਹੜਾ ਰੋਡ ਜਾ ਕੇ ਮਿਲਦਾ ਸਰਦਾਰ ਸਾਹਿਬ ਵਾਲੇ ਰੋਡ ਨਾਲ, ਇੱਥੇ ਭੁਲੇਰੀ ਪੈਂਦਾ ਗਾ। ਦੇਖੋ ਇੱਥੇ ਤੁਹਾਨੂੰ ਮੈਂ ਦਿਖਾਉਣਾ ਉੱਧਰੋਂ, ਵੇਖ ਸਕਦੇ ਹੋ ਦੋਸਤੋ ਆ ਗਿਆ ਕੁਹਾਣਾ,
ਅਤੇ ਕੁਹਾਣੇ ਤੋਂ ਆ ਗਿਆ ਇੱਧਰ ਸਰਦਾਰ ਸਾਹਿਬ, ਸਰਦਾਰ ਸਾਹਿਬ ਤੋਂ ਤਾਰਾ ਨਗਰ ਵਾਲਾ ਰੋਡ ਆ ਗਿਆ, ਤਾਰਾ ਨਗਰ ਆ ਗਿਆ। ਅਤੇ ਆਹ ਜੋ ਰੋਡ ਆ ਇਹ ਚੂਰੂ ਤੋਂ ਜਾ ਕੇ ਇਸ ਰੋਡ ਨਾਲ ਮਿਲਦਾ ਸਰਦਾਰ ਸਾਹਿਬ ਅਤੇ ਤਾਰਾ ਨਗਰ ਵਾਲੇ ਨਾਲ। ਇੱਥੇ ਆ ਕੇ ਪਿੰਡ ਪੈਂਦਾ ਭੁਲੇਰੀ, ਇੱਥੋਂ ਪਾਰ ਕਰਦਾ ਦੇਖੋ ਜਮਾਂ ਖੂੰਜੇ ਤੋਂ, ਇੱਥੋਂ ਪਾਰ ਕਰਕੇ ਅੱਗੇ ਆ ਜਾਂਦਾ ਦੇਖੋ ਉਦੇ ਸਰ, ਉਦੇ ਸਰ ਦੇ ਅਗਲੀ ਸਾਈਡ ਤੋਂ ਦੀ ਨਿਕਲ ਜਾਂਦਾ, ਉਹ ਵੀ ਤੁਹਾਨੂੰ ਦਿਖਾਉਣਾ। ਉਦੇ ਸਰ ਵੀ ਆ ਗਿਆ ਦੋਸਤੋ, ਉਦੇ ਸਰ, ਉਦੇ ਸਰ ਆ ਗਿਆ। ਉਦੇ ਸਰ ਦੇ ਅਗਲੀ ਸਾਈਡ ਤੋਂ ਦੀ ਨਿਕਲ ਕੇ ਇਹ ਅੱਗੇ ਤੁਹਾਨੂੰ ਮੈਂ ਦਿਖਾਉਣਾ ਆ ਜਾਂਦਾ ਸਾਲਾ ਸਰ, ਸੁਜਾਨਗੜ੍ਹ ਤੋਂ ਸਾਲਾ ਸਰ ਹੋ ਕੇ ਲਕਸ਼ਮਣ ਗੜ੍ਹ ਵਾਲਾ ਰੋਡ ਆ ਜਾਂਦਾ ਹੈਗਾ। ਇੱਥੋਂ ਸਾਲਾ ਸਰ ਦੇ ਨੇੜੇ ਪਿੰਡ ਰਹਿ ਜਾਂਦਾ ਦੇਖੋ ਮਗਲੂਣਾ ਰਹਿ ਗਿਆ, ਮਗਲੂਣੇ ਦੇ ਅੱਗੇ ਦੀ ਇਹ ਰੋਡ ਨਿਕਲਿਆ, ਉੱਧਰ ਤੁਹਾਨੂੰ ਮਗਲੂਣਾ ਦਿਖਾਉਣਾ। ਦੇਖ ਸਕਦੇ ਹੋ ਦੋਸਤੋ, ਦੇਖੋ ਆਹ ਸਾਲਾ ਸਰ ਆ ਗਿਆ ਅਤੇ ਆ ਗਿਆ ਮਗਲੂਣਾ। ਆਹ ਮਗਲੂਣੇ ਦੇ ਬਿਲਕੁਲ ਅੱਗੇ ਦੀ ਨਿਕਲ ਕੇ ਅੱਗੇ ਆ ਜਾਂਦਾ ਨੇਚਮਾ। ਆਹ ਦੇਖੋ ਸਾਲਾ ਸਰ ਤੋਂ ਜਿਹੜਾ ਰੋਡ ਆਉਂਦਾ ਸੀਕਰ ਨੂੰ, ਇਹਦੇ 'ਤੇ ਪੈਂਦਾ ਨੇਚਮਾ। ਦੇਖੋ ਮਗਲੂਣਾ ਦੀ ਵੀ ਅੱਗੇ ਦੀ ਆ, ਨੇਚਮਾ ਦੀ ਵੀ ਅੱਗੇ ਦੀ ਆ, ਇਹ ਤੁਹਾਨੂੰ ਦਿਖਾਉਣਾ ਮੈਂ। ਉਦੋਂ ਦੇਖ ਸਕਦੇ ਹੋ ਦੋਸਤੋ, ਆਹ ਮਗਲੂਣਾ, ਮਗਲੂਣਾ ਦੇ ਵੀ ਅੱਗੇ ਦੀ ਆ ਗਿਆ ਅਤੇ ਆ ਗਿਆ ਨੇਚਮਾ, ਨੇਚਮਾ ਦੇ ਵੀ ਅੱਗੇ ਦੀ ਆ ਜਾਂਦਾ ਇਹ। ਇੱਥੋਂ ਦੀ ਆ ਕੇ ਦੋਸਤੋ ਇਹ ਅੱਗੇ ਤੁਹਾਨੂੰ ਦਿਖਾਉਂਦੇ ਹਾਂ, ਅੱਗੇ ਆ ਜਾਂਦਾ ਮੌਲਾ ਸਰ। ਇਹ ਆ ਗਿਆ ਦੋਸਤੋ ਡੀਡਬਾਣੇ ਤੋਂ ਕੁਚਾਮਣ ਸਿਟੀ ਵਾਲਾ ਰੋਡ, ਇਹ ਉਹ ਰੋਡ ਆ ਗਿਆ ਦੋਸਤੋ ਜੋ ਹਨੂਮਾਨਗੜ੍ਹ ਤੋਂ ਮਕਰਾਣਾ ਕਿਸ਼ਨਗੜ੍ਹ ਜਾਂਦਾ, ਉਹ ਰੋਡ ਆ ਗਿਆ ਇਹ ਮੌਲਾ ਸਰ ਤੋਂ ਇਹ ਰੋਡ ਨੂੰ ਪਾਰ ਕਰਦਾ ਦੋਸਤੋ। ਦੇਖੋ ਮੌਲਾ ਸਰ ਆ ਗਿਆ, ਮੌਲਾ ਸਰ ਤੋਂ ਅੱਗੇ ਦੀ ਪਾਰ ਕਰਦਾ ਇਹ, ਉੱਧਰੋਂ ਤੁਹਾਨੂੰ ਦਿਖਾਉਣਾ ਮੌਲਾ ਸਰ ਆ ਚੁੱਕਿਆ ਦੋਸਤੋ। ਆਹ ਦੇਖੋ ਆਹ ਡੀਡਬਾਣਾ ਆ ਗਿਆ ਅਤੇ ਇੱਧਰ ਆ ਗਿਆ ਕੁਚਾਮਣ ਸਿਟੀ। ਡੀਡਬਾਣਾ ਅਤੇ ਕੁਚਾਮਣ ਸਿਟੀ ਦੇ ਵਿਚਾਲੇ ਆ ਜਾਂਦਾ ਆਹ ਮੌਲਾ ਸਰ ਆ ਗਿਆ, ਮੌਲਾ ਸਰ ਦੇ ਅੱਗੋਂ ਦੀ ਪਾਰ ਹੁੰਦਾ ਇਹ ਰੋਡ, ਪਾਰ ਹੋ ਕੇ ਅੱਗੇ ਆ ਰਹਿ ਜਾਂਦਾ ਮਕਰਾਣਾ। ਦੇਖੋ ਆਹ ਮਕਰਾਣਾ, ਮਕਰਾਣੇ ਦੇ ਅਗਲੀ ਸਾਈਡ ਫਰੰਟ ਤੋਂ ਦੀ ਪਾਰ ਕਰਦਾ ਮਕਰਾਣੇ ਨੂੰ, ਪਰਬਤ ਸਰ ਨੂੰ ਬੈਕ ਸਾਈਡ ਤੋਂ ਦੀ ਪਾਰ ਕਰਦਾ। ਇਹ ਤੁਹਾਨੂੰ ਮੈਂ ਦਿਖਾਉਣਾ ਦੋਨਾਂ, ਮਕਰਾਣਾ ਅਤੇ ਪਰਬਤ ਸਰ। ਦੇਖੋ ਮੌਲਾ ਸਰ ਆ ਗਿਆ, ਮੌਲਾ ਸਰ ਤੋਂ ਅੱਗੇ ਆ ਗਿਆ ਮਕਰਾਣਾ, ਮਕਰਾਣੇ ਨੂੰ ਇਹ ਬਿਲਕੁਲ ਅੱਗੇ ਦੀ ਪਾਰ ਕਰਦਾ ਅਤੇ ਪਰਬਤ ਸਰ ਦੇ ਬੈਕ ਸਾਈਡ ਤੋਂ ਦੀ ਨਿਕਲ ਜਾਂਦਾ। ਇੱਥੋਂ ਪਰਬਤ ਸਰ ਤੋਂ ਦੋਸਤੋ ਇਹ ਨਿਕਲ ਜਾਂਦਾ ਹੈਗਾ ਆਪਣਾ ਪੁਸ਼ਕਰ ਨੂੰ। ਦੇਖੋ ਪੁਸ਼ਕਰ ਦੇ ਬਿਲਕੁਲ ਬੈਕ ਸਾਈਡ ਤੋਂ ਦੀ ਇਹ ਨਿਕਲ ਜਾਂਦਾ ਹੈਗਾ, ਤੁਹਾਨੂੰ ਮੈਂ ਦਿਖਾਉਣਾ। ਦੇਖੋ ਆਹ ਮਕਰਾਣਾ, ਪਰਬਤ ਸਰ, ਪਰਬਤ ਸਰ ਤੋਂ ਅੱਗੇ ਆ ਜਾਂਦਾ ਹੈਗਾ, ਆ ਗਿਆ ਪੁਸ਼ਕਰ। ਦੇਖੋ ਪੁਸ਼ਕਰ ਤੋਂ ਬੈਕ ਸਾਈਡ ਤੋਂ ਦੀ ਨਿਕਲ ਗਿਆ ਇਹ। ਦੇਖੋ ਆਹ ਲੈਣਾ ਜੋ ਇਹ ਅਜਮੇਰ ਦੀ ਹੱਦ ਆ, ਇਹਦੇ ਨਾਲ ਨਾਲ ਦੀ ਇੱਧਰੋਂ ਆਉਂਦਾ ਹੈਗਾ, ਫਿਰ ਇਹਨੂੰ ਇੱਥੋਂ ਖੂੰਜੇ ਤੋਂ ਇਹ ਪਾਰ ਕਰਦਾ। ਦੇਖੋ ਪਾਰ ਕਰਕੇ ਫਿਰ ਇਹ ਅਜਮੇਰ ਦੀ ਹੱਦ 'ਚ ਵਿੱਚ ਐਂਟਰ ਹੁੰਦਾ ਹੈਗਾ, ਫਿਰ ਇਹ ਪੁਸ਼ਕਰ ਨੂੰ ਪਾਰ ਕਰਦਾ ਗਾ। ਤੁਹਾਨੂੰ ਮੈਂ ਆਹ ਜਿਹੜੀ ਹੱਦ ਆ ਇਹ ਵੀ ਦਿਖਾਉਣਾ ਗਾ ਇਹਦੇ ਨਾਲ ਨਾਲ ਦੀ ਹੁੰਦਾ। ਵੇਖ ਸਕਦੇ ਹਾਂ ਦੋਸਤੋ, ਆਹ ਉਹ ਪਾਰਟ ਰਹਿ ਗਿਆ। ਦੇਖੋ ਆ ਰਹੇਗੀ ਹੱਦ, ਇਹਦੇ ਨਾਲ ਨਾਲ ਦੀ ਆ ਕੇ ਇੱਥੋਂ ਖੂੰਜੇ ਤੋਂ ਇਹਨੂੰ ਆ ਦੇਖੋ ਕੱਟ ਕਰਦਾ, ਲਾਈਨ ਨੂੰ ਕੱਟ ਕਰਕੇ ਆ ਪੁਸ਼ਕਰ ਦੇ ਬੈਕ ਸਾਈਡ ਤੋਂ ਦੀ ਨਿਕਲ ਜਾਂਦਾ ਇਹ। ਅੱਗੇ ਰਹਿ ਜਾਂਦਾ ਹੈਗਾ ਪਸੰਗਣ, ਰਹਿ ਗਿਆ ਪਸੰਗਣ, ਪਸੰਗਣ ਤੋਂ ਨੰਗੇਲਿਓ, ਨੰਗੇਲਿਆਂ ਤੋਂ ਮੰਗਲਿਆ ਬਾਸ, ਇਹ ਰਹਿ ਜਾਂਦੇ ਆ, ਤੁਹਾਨੂੰ ਮੈਂ ਉੱਧਰੋਂ ਦਿਖਾਉਣਾ ਦੋਸਤੋ। ਦੇਖੋ ਦੋਸਤੋ ਇੱਥੋਂ ਪਾਰ ਕਰਕੇ ਇਹਨੂੰ ਆ ਪੁਸ਼ਕਰ ਦੇ ਬੈਕ ਸਾਈਡ ਤੋਂ ਦੀ ਨਿਕਲ ਕੇ ਆ ਰਹਿ ਗਿਆ ਪਸੰਗਣ, ਪਸੰਗਣ ਤੋਂ ਇਹ ਐਂ ਗੇੜਾ ਖਾ ਕੇ ਆ ਰਹਿ ਗਿਆ ਨੰਗੇਲਿਓਂ, ਨੰਗੇਲਿਓਂ ਤੋਂ ਗੇੜਾ ਖਾ ਕੇ ਆ ਰਹਿ ਗਿਆ ਮੰਗਲਿਆ ਬਾਸ। ਆਹ ਜਿਹੜਾ ਰੋਡ ਆ ਦੋਸਤੋ ਇਹ ਅਜਮੇਰ ਤੋਂ ਜਿਹੜਾ ਬਿਆਵਰ ਨੂੰ ਰੋਡ ਜਾ ਰਿਹਾ ਉਹਦੇ 'ਤੇ ਆ ਕੇ ਮਿਲਦਾ ਇਹ। ਇਹ ਇਸ ਤਰੀਕੇ ਨਾਲ ਦੋਸਤੋ ਇਹ ਮੈਪ ਦਿੱਤਾ ਸੀਗਾ, ਜੋ ਇਹਦੇ 'ਤੇ ਆਪਾਂ ਪਹਿਲਾਂ ਵੀ ਵੀਡੀਓ ਪਾਈ ਸੀਗੀ, ਪਰ ਉਦੋਂ ਉਹ ਵੀਡੀਓ ਇੰਨੀ ਬਰੀਕੀ ਨਾਲ ਨਹੀਂ ਬਣਾਈ ਗਈ ਸੀਗੀ, ਇਸ ਲਈ ਪੂਰਾ ਪਤਾ ਨਹੀਂ ਸੀ ਲੱਗਦਾ। ਤੋ ਦੋਸਤੋ ਅਸਲ ਵਿੱਚ ਇਹ ਬਠਿੰਡਾ ਅਜਮੇਰ ਇਹ ਸੀਗਾ ਪੂਰਾ ਮੈਪ, ਇੱਥੋਂ ਉੱਥੋਂ ਦੀ ਇਹ ਮੈਪ ਦਿੱਤਾ ਗਿਆ ਸੀਗਾ।
ਹੁਣ ਇਹਦਾ ਇਹ ਨਹੀਂ ਪਤਾ ਵੀ ਇਹ ਬਣੇਗਾ ਕਿ ਨਹੀਂ ਬਣੇਗਾ। ਨੋਟੀਫਿਕੇਸ਼ਨ ਵੀ ਤੁਹਾਨੂੰ ਦਿਖਾਤੇ ਵੀ ਇੱਕੋ ਹੀ ਨੋਟੀਫਿਕੇਸ਼ਨ ਆ, ਅਤੇ ਤੁਹਾਨੂੰ ਮੈਪ ਵੀ ਦਿਖਾਤਾ ਵੀ ਇੱਥੋਂ ਦੀ ਮੈਪ ਸੀ, ਹੋਰ ਕੋਈ ਇਹਦਾ ਮੈਪ ਨਹੀਂ ਮਿਲਿਆ। ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਜਿਹੜਾ ਆਪਾਂ ਮੈਪ ਤਿਆਰ ਕੀਤਾ ਇਹ ਬਾਕੀ ਇਸੇ ਪਿੰਡਾਂ ਵਿੱਚ ਦੀ ਆ ਰਿਹਾ ਜਾਂ ਇੱਧਰ ਉੱਧਰ ਦੀ ਜਾ ਰਿਹਾ ਗਾ। ਉਮੀਦ ਆ ਤੁਹਾਨੂੰ ਵੀਡੀਓ ਜ਼ਰੂਰ ਪਸੰਦ ਆਵੇਗੀ। ਅਗਰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਜ਼ਰੂਰ ਕਰ ਦੇਣਾ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦੇਣਾ। ਦੋਸਤੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।